देख लो जी, पेंडेमिक ब्रह्मली का हाल ये सर मैनू एंटर कर दिता ना ओहो मतलब थोड़े जे जने हैं। हेलो जी, सत श्री अकाल, मैं थोड़ा अपना पव जंडू ते थोड़ा वेलकम है नवे ब्लॉग च। अज मैं उदी आया थी ब्रह्मली सिटी सेंटर घूमन, तो मैं देख लीए शायद खुला हो, खुला है उदा पर बहुत घट स्टोर खुले थे, एडा कुछ ज़्यादा खास नहीं, जिदा मतलब आह जितों राशन पानी लगता उ खुले आ, फार्मेसी खुली तो बैंक खुलिया, बाकी सारा बंद है। मैं कि कपड़े कुपड़े ले लिए गर्मिया के, पर फिर बंद निकलिया, मूड खराब हो गया। फिर मैं इतने आया थी पार्क च, आह देखो ये चंगी बड़ी है, मैं पहली बार देखी उदा ये वाली, उदा तो बहुत पार्क देखी हैं, मैं तुम दिखा। आ देखो जी आ व्यू है इधर का, ओ पार्क ही उपर ये अपना ब्रह्मली का। सत श्रीकाल जी, अपना पावे जंडू ते हैप्पी बर्थडे, नहीं लाइट जगाने पहले रख हूँ, हैप्पी बर्थडे। सारिया ने कमेंट लिखना ठीक है, सू हम दिखाने आ जाओ, फोटो शूट चल रहा है कुड़ी का। मेरे फोन च इफेक्ट आ रहे आदे तारे उड़ते पे सिर ते, मेरे फोन च भी आ रहे। कुड़ी दे बर्थडे दे कुछ चार के गया, मैंने पहले तीन दस दे आदा बाले डार के ना दसदा नहीं पेने रिच। हैरी संधु मुंडे का गाना आ जा रहा जी, शेयर कर दो सारे जने, नौ जून इन्हें लिखा मुंडे ने खाब। आ कुड़ी का बर्थडे आ के हम देख लो ध्यान ना, वन टू हैप्पी बर्थडे पुट्ठा नहीं लिखा, अच्छा उधर नू, थ्री हैप्पी बर्थडे मंजोत ते फोर सब तो होना। वैसे मैनू आ लगा कोई खाना ठीक है। I can only imagine us together side by side. I can only imagine we're dancing in the moonlight. I can only imagine. Yeah, bro. Bro, मैं तेरे को शान दा। मैं तेरे को follow कर रहा हूँ। क्या बात है? हाँ, सारे आ जो guys. चलो चलो। हाँ जी हाँ जी, मैं vlog बना ना रहा। फूक मार पहला, फॉर्मैलिटी तो कर हैप्पी करोना टाइम है शेर प्रमोशन हर जगह। कौन रह गया आया तू ही सरोज, एग एग वाला, एग वाला एक मिनट वीडियो बनाओ। हैप्पी बर्थडे सारे लग रही थी माड़ी माड़ी तो। जने ला दो हूं माड़ा माड़ा शगन कर दो तेरी। One hour later.
ਆਫਟਰ ਪਾਰਟੀ ਡਿਨਰ ਡਿਨਰ ਕਹੀ ਜਾਂਦਾ ਰਾਤ ਦੇ ਖਾਣੇ ਨੂੰ ਹਾਂ ਹੈਰੀ ਸਿੰਘ ਕਿੱਦਾਂ ਫਿਰ ਗਾਣਾ ਆ ਰਿਹਾ ਤੇ ਜਦੀ ਹਾਂਜੀ ਬ੍ਰੋ 9 ਜੂਨ ਨੂੰ ਆਪਣਾ ਗਾਣਾ ਆ ਰਿਹਾ ਕਿਆ ਬਾਤ ਆ ਮੁੰਡੇ ਦਾ ਫੋਟੋ ਸ਼ੇਅਰ ਭੇਜਣਾ ਚਾਹੀਦਾ ਸਾਰਿਆਂ ਵੱਲੋਂ ਇਹ ਸ਼ੇਅਰ ਪਾਉਂਦੇ ਆ ਤੁਹਾਨੂੰ ਦੱਸਦਾ ਹੁਣ ਸਕਰੀਨ ਤੇ ਹਾਂਜੀ ਕਿੱਦਾਂ ਜੀ ਗੁੱਡ ਮਾਰਨਿੰਗ ਪਾਰਟੀ ਰਾਤੀ ਬਾਲੀ ਕੈਂਟ ਦੀ ਅਤੇ ਹੁਣ ਫਿਰ ਆਪਾਂ ਆਪਣੇ ਘਰ ਆ ਗਏ ਮੈਂ ਤਾਂ ਆਪਣੇ ਘਰ ਆ ਗਿਆ ਸੀਗਾ ਅਤੇ ਹੁਣ ਮੈਂ ਉੱਠਿਆ ਸੀਗਾ 8 ਵਜੇ ਆ ਮੈਂ ਵਲੋਗ ਐਡਿਟ ਕਰ ਲਈਏ ਅਤੇ ਪਾ ਦਈਏ ਵਲੋਗ ਮੈਂ ਛੋਟੇ ਜਾਣ ਕੇ ਪਾਉਂਦਾ ਹੁੰਦਾ ਮੈਂ ਤੁਹਾਨੂੰ ਦੱਸ ਦਿੰਦਾ ਵਲੋਗ ਮੈਂ ਤਾਂ ਛੋਟੇ ਪਾਉਂਦਾ ਹੁੰਦਾ ਤਾਂ ਕਿ ਤੁਸੀਂ ਬੋਰ ਨਾ ਹੋ ਹੈ ਕਈ ਵੇਲੇ ਜਦੋਂ ਹੁਣ ਆਪਾਂ ਜਦੋਂ ਤੁਹਾਨੂੰ ਪਤਾ ਲੋਕਡਾਊਨ ਚੱਲਦਾ ਅਤੇ ਬੰਦਾ ਉੱਦਾਂ ਵੀ ਫਰਸਟ੍ਰੇਟਿਡ ਜਿਹਾ ਰਹਿੰਦਾ ਅੰਦਰ ਬੈਠਾ ਬੈਠਾ ਮੈਂ ਵੀ ਮੈਂ ਤਾਂ ਆਪ ਜੋ ਇੱਦਾਂ ਲਾ ਲਾ ਜੋ ਮੈਂ ਵੀ ਕਰਦਾ ਜ਼ਿਆਦਾਤਰ ਲੋਕ ਉਹ ਵੀ ਕਰ ਦੇਣ ਕਿਉਂਕਿ ਆਪਾਂ ਕੋਮਨ ਹੈ ਸਾਰੇ ਅਤੇ ਬੰਦਾ ਮਤਲਬ ਘਰ ਬੋਰ ਹੋ ਜਾਂਦਾ ਨਾ ਘਰੇ ਵੀ ਕਿ ਮੈਂ ਵੀ ਹੁਣ ਕਾਹਦਾ ਵਲੋਗ ਬਣਾਵਾਂ ਮੈਂ ਕਹਿੰਦਾ ਜਿੰਨਾ ਸ਼ੋਰਟ ਅਤੇ ਸਿੰਪਲ ਰਹੇ ਅਤੇ ਉੱਨਾ ਹੀ ਵਧੀਆ ਨਾ ਅਤੇ ਕਈ ਲੋਕਾਂ ਨੇ ਮੈਨੂੰ ਕਮੈਂਟਾਂ ਦਿੰਦੇ ਆ ਕਿ ਆ ਕੀ ਹੋ ਗਿਆ ਇੱਥੇ ਸਹੀ ਗਿਆ ਕਈ ਲੋਕਾਂ ਦੇ ਕਮੈਂਟ ਆਉਂਦੇ ਹੁੰਦੇ ਕਿ ਤੂੰ ਕਿਸੇ ਨਾਲ ਕੋਨਫੀਡੈਂਟ ਨਹੀਂ ਰਿਹਾ ਕਿ ਜਿੱਦਾਂ ਤੂੰ ਪੁਰਾਣੇ ਚੈਨਲ ਦੇ ਹੁੰਦੇ ਓਬਵੀਅਸਲੀ ਥੋੜ੍ਹਾ ਜਿਹਾ ਫਰਕ ਪੈਂਦਾ ਬੰਦੇ ਨੂੰ ਹੈ ਨਾ ਕਿ ਬੰਦਾ ਇੰਨੀ ਮਿਹਨਤ ਕਰਕੇ ਚਲੋ ਜੋ ਵੀ ਆ ਆਪਾਂ ਵਾਰ ਵਾਰ ਰੋਣਾ ਪਿੱਟਣਾ ਨਹੀਂ ਨਾ ਕਿ ਬੰਦ ਹੋ ਗਿਆ ਜੇ ਹੋ ਗਿਆ ਹੋ ਗਿਆ ਆਪਾਂ ਨਵਾਂ ਸ਼ੁਰੂ ਕਰ ਲਿਆ ਕੋਈ ਚੱਕਰ ਨਹੀਂ ਇਹ ਵੀ ਹੋਜੂਗਾ ਜੇ ਹੋਣਾ ਹੋਊਗਾ ਅਤੇ ਇੱਦਾਂ ਨਹੀਂ ਹੋਇਆ ਕਿ ਮੈਂ ਕੋਨਫੀਡੈਂਟ ਨਹੀਂ ਹੈਗਾ ਬਸ ਲੋਕਡਾਊਨ ਕਰਕੇ ਥੋੜ੍ਹਾ ਚੁੱਪ ਕਰਕੇ ਬੈਠੇ ਫਿਰ ਆਪਾਂ ਜਦੋਂ ਲੋਕਡਾਊਨ ਓਵਰ ਹੋਇਆ ਆਪਾਂ ਬਣਾਵਾਂਗੇ ਘੈਂਟ ਘੈਂਟ ਵਲੋਗ ਅਤੇ ਇੱਕ ਬਹੁਤ ਸਪੈਸ਼ਲ ਵਲੋਗ ਜਿੱਦਾਂ ਮੈਂ ਪਹਿਲਾਂ ਪਾਇਆ ਹੋਇਆ ਇਹ ਮੈਂ ਕਿਤੇ ਗਿਆ ਸੀਗਾ ਹੁਣ ਆਪਾਂ ਉੱਥੇ ਦੁਬਾਰਾ ਚੱਲੇ ਹਾਂ ਇੱਕ ਜਾਂ ਦੋ ਦਿਨ 'ਚ ਫਿਰ ਮੈਂ ਤੁਹਾਡੇ ਲਈ ਵਲੋਗ ਵਧੀਆ ਜਿਹਾ ਘੈਂਟ ਜਿਹਾ ਬਣਾ ਕੇ ਲਿਆਊਂਗਾ ਅਤੇ ਯੂ ਵਿਲ ਸੀ ਦਾ ਮਤਲਬ ਕੀ ਕਹਿੰਦੇ ਹੁੰਦੇ ਅੰਗਰੇਜ਼ੀ 'ਚ ਪਹਿਲਾਂ ਵਾਲਾ ਪਬ ਵਲੋਗਸ ਧੰਨਵਾਦ ਜੀ ਸਬਸਕ੍ਰਾਈਬ ਕਰ ਲਓ ਅਤੇ ਇੱਥੋਂ ਵੀ ਮਿਲਦੀ ਹੈ ਚੰਗਾ ਜੀ ਯਾਰ ਆਹ ਕਿੰਨੀ ਕਿੰਨੀ ਖਾਧੀ ਆ ਮੈਨੂੰ ਬਹੁਤ ਸਵਾਲ ਲੱਗਦੀ ਹੈ ਇੱਕ ਗੱਲ ਜੀ ਆਪਾਂ ਜਿੰਨੇ ਵੀ ਤੁਸੀਂ ਵਲੋਗ 'ਚ ਬੰਦੇ ਦੇਖੋਗੇ ਆਪਾਂ ਸਾਰੇ ਘਰ ਦੇ ਬੰਦੇ ਹਾਂ ਕੋਈ ਬਾਹਰੋਂ ਨਹੀਂ ਆਇਆ ਕੋਈ ਇਕੱਠੇ ਨਹੀਂ ਆਏ ਅਤੇ ਤੁਹਾਨੂੰ ਮੈਂ ਸਾਰਿਆਂ ਨੂੰ ਇਹੀ ਕਹਿੰਦਾ ਸੋਸ਼ਲ ਡਿਸਟੈਂਸਿੰਗ ਮੇਨਟੇਨ ਕਰਕੇ ਰੱਖੋ ਕਰੋਨਾ ਵਾਇਰਸ ਜ਼ਿਆਦਾ ਫੈਲ ਰਿਹਾ ਅਤੇ ਮਾਸਕ ਪਾ ਕੇ ਰੱਖਿਆ ਕਰੋ ਸਟੇ ਹੈਲਦੀ